ਤੇ ਸਿੱਧੂ ਬੋਝ ਨਹੀਂ ਸਕਿਆ ਉਹ ਤੇ ਸਿੱਧੂ ਦੀ ਮੰਮੀ ਸਾਡੀ ਆਂਟੀ ਕਿੱਥੇ ਮਾਤਾ ਸੱਸੀ ਗਾਂਢੀ ਸੋ ਮਾਤਾ ਜੀ ਕਰੀ ਅਜਿਹਾ ਨਿਕਾਲ ਜੀ ਮਨਕੀਰ ਤਾਲਕ ਤੇ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਲੈ ਕੇ ਕਾਫੀ ਜ਼ਿਆਦਾ aarop ਲੱਗੇ ਜਿਸ ਤੋਂ ਬਾਅਦ ਮਨਕੀਰ ਤਾਲਕ ਨੇ ਖੁਦ ਲਾਈਵਾ ਕੇ ਆਪਣੇ ਉੱਪਰ ਲੱਗੀਆਂ ਤਾਮਤਾਂ ਨੂੰ ਇਨਕਾਰ ਦਿੱਤਾ ਤੇ ਉਸ ਤੋਂ ਬਾਅਦ ਫਿਰ ਮਨਕੀਰਤਾਲਕ ਸਫਾਈਆਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਹਾਲ ਹੀ ਵਿੱਚ ਮਨਕੀਰਤਾਲਕ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮੰਮਾ ਦੇ ਨਾਲ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕੋਈ ਕਿੰਨਾ ਵੀ ਬੁਰਾ ਬਣਾਈ ਜਾਵੇ ਤੇ ਮੀਡੀਆ ਭਾਵੇਂ ਕਿੰਨੀਆਂ ਵੀ ਫੇਕ ਨਿਊਜ਼ ਸਰਕੂਲੇਟ ਕਰੇ ਜਾਵੇ ਪਰ ਰੱਬ ਜਾਣਦਾ ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਣ ਦੀ ਗੱਲ ਦੂਰ ਇਹ ਸਭ ਸੋਚ ਵੀ ਨਹੀਂ ਸਕਦਾ ਨਾਲ ਹੀ ਉਸ ਨੇ ਕਿਹਾ ਕਿ ਮੈਨੂੰ ਪਿਛਲੇ 1 ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜੋ ਕਿ ਕਿਸੇ ਵੀ ਇਨਸਾਨ ਲਈ ਨਾਰਮਲ ਨਹੀਂ ਆ ਤੇ ਇਸ ਤਰ੍ਹਾਂ ਦੇ এনवायरमेंट ਵਿੱਚ ਮੈਂ ਪਿਛਲੇ 1 ਸਾਲ ਤੋਂ ਰਹਿ ਰਿਹਾ ਨਾ ਤਾਂ ਮੈਂ ਫਿਜ਼ੀਕਲੀ ਸੇਫ ਹਾਂ ਤੇ ਨਾ ਹੀ ਮੈਂਟਲੀ ਤੇ ਜੇ ਮੈਂ ਆਪਣੇ ਆਪ ਨੂੰ ਸੇਫ ਕਰਨ ਦੇ ਲਈ ਆਈਸੋਲੇਟ ਕਰ ਲਿਆ ਤੇ ਇੰਡੀਆ ਛੱਡ ਦਿੱਤਾ ਤਾਂ ਉਸ ਦੇ ਵਿੱਚ ਮੇਰਾ ਕੀ ਕਸੂਰ ਹੈ ਮੈਂ ਆਪਣੇ ਸਮਾਜ ਤੇ মিডিਆ ਨੂੰ ਹੱਥ ਬੰਨ੍ਹ ਕੇ ਇੱਕ ਅਪੀਲ ਕਰਦਾ ਕਿਸੇ ਵੀ ਗੱਲ ਦੀ ਤੈਅ ਤੱਕ ਜਾਏ ਬਿਨਾ ਕਿਸੇ ਨੂੰ ਗੁਨਾਹਗਾਰ ਨਾ ਬਣਾਓ ਆਪਾਂ ਆਪਣੇ ਉਸ ਸੱਚੇ ਪ੍ਰਮਾਤਮਾ ਤੋਂ ਇਨਸਾਫ਼ ਦੀ ਉਮੀਦ ਰੱਖੀਏ ਵੈਲ ਪਹਿਲਾਂ ਤਾਂ ਮਨਕੀਰ ਤਾਲਖ ਸਾਰੇ ਕੋਈ ਵਿਪਰਤੀ ਕਿਰਿਆ ਨਹੀਂ ਦਿੰਦੇ ਸਨ ਬਟ ਬੀਤੇ ਦਿਨਾਂ ਵਿੱਚ ਕਈ ਵਾਰ ਮਨਕੀਰ ਤਾਲਖ ਆਪਣੇ ਉੱਤੇ ਲੱਗੇ આરોਪਾਂ ਤੇ ਸਫਾਈਆਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ